ਪੰਜਾਬੀਆਂ ਕੋਲ ਠੰਡੇ ਬੁਰਜ ਦਾ ਇਤਿਹਾਸ ਹੈ, ਮਾਤਾ ਗੁਜਰੀ ਦੀ ਸ਼ਹਾਦਤ ਦਾ ਇਤਿਹਾਸ ਹੈ, ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਹੈ, ਅਤੇ ਅੱਜ ਫਿਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਠਰਦੀਆਂ ਰਾਤਾਂ ਵਿੱਚ ਜੋਸ਼, ਜਜ਼ਬੇ ਅਤੇ ਜਨੂੰਨ ਨਾਲ ਦਿੱਲੀ ਦੀ ਸਰਹੱਦ ਉੱਤੇ ਡਟੇ ਹੋਏ ਹਨ। ਇਸ ਕਿਸਾਨ ਅੰਦੋਲਨ ਬਾਰੇ ਇਹੀ ਕਹਾਂਗੇ ਕਿ ਜਿਨ੍ਹਾਂ ਕੋਲ ਠੰਡੇ ਬੁਰਜ ਦਾ ਇਤਿਹਾਸ ਹੋਵੇ, ਉਹਨਾਂ ਨੂੰ ਇਹ ਕਣੀਆਂ ਵੀ ਫੁੱਲਾਂ ਦੀ ਵਰਖਾ ਜਾਪਦੀਆਂ ਨੇ। ਸ਼ਿਕਵਾ ਤਾਂ ਸਾਡੇ ਗੁਰੂਆਂ ਨੇ ਸਿਖਾਇਆ ਹੀ ਨਹੀਂ, ਉਹਨਾਂ ਨੇ ਤਾਂ ਸਾਨੂੰ ਸ਼ੁਕਰਾਨਾ ਕਰਨਾ ਹੀ ਦੱਸਿਆ ਹੈ। ਇਸੇ ਕਰਕੇ ਸਰਦ ਰੁੱਤ ਦੀ ਵਰਖਾ ਵਿੱਚ ਵੀ ਸਾਡੇ ਕਿਸਾਨ ਵੀਰ ਅਤੇ ਮਾਤਾ ਗੁਜਰੀ ਜੀ ਦੀਆਂ ਵਾਰਿਸ ਬੀਬੀਆਂ ਪੂਰੀ ਚੜ੍ਹਦੀ ਕਲਾ ਵਿੱਚ ਹਨ, ਕਿਉਂਕਿ ਪੰਜਾਬੀਆਂ ਨੇ ਰੁਕਣਾ, ਝੁਕਣਾ ਅਤੇ ਟੁੱਟਣਾ ਸਿੱਖਿਆ ਹੀ ਨਹੀਂ ਹੈ।